ਸ਼ਸ਼ੀਕਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਮੇਰੇ YouTube ਚੈਨਲ ਦੇ ਉੱਤੇ ਅੱਜ ਆਪਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਬੀਏ ਸੈਮੈਸਟਰ ਪਹਿਲਾ ਪੋਲੀਟੀਕਲ ਸਾਇੰਸ ਯਾਨੀ ਕਿ ਰਾਜਨੀਤੀ ਵਿਗਿਆਨ ਦਾ ਪਿਛਲੇ ਸਾਲ ਦਾ ਪੇਪਰ ਡਿਸਕਸ ਕਰਾਂਗੇ ਇਸ ਦੇ ਵਿੱਚ ਆਪਾਂ ਜਾਣਾਂਗੇ ਕਿ ਕਿਹੜੇ ਇੰਪੋਰਟੈਂਟ ਕੁਐਸਚਨ ਨੇ ਕਿਹੜੇ ਦੁਬਾਰਾ ਕੰਟੀਨਿਊ ਹੋ ਸਕਦੇ ਨੇ ਅਗਰ ਮੈਂ ਗੱਲ ਕਰਾਂ ਕਿ ਇੰਪੋਰਟੈਂਟ ਕੁਐਸਚਨ ਵੈਸੇ ਤਾਂ ਇਸ ਦੇ ਵਿੱਚ ਵੀ ਨੇ ਲੇਕਿਨ ਅਗਰ ਤੁਸੀਂ ਪੁਰਾਣੇ ਹੀ ਪੇਪਰਾਂ ਤੋਂ ਤਿਆਰੀ ਕਰਕੇ ਜਾਣੀ ਹੈ ਤਾਂ ਤੁਸੀਂ ਪਿਛਲੇ ਸਾਲਾਂ ਦੇ ਤਿੰਨ ਪਿਛਲੇ ਤਿੰਨ ਸਾਲਾਂ ਦੇ ਕੁਐਸਚਨ ਪੇਪਰ ਨੂੰ ਕੰਟੀਨਿਊ ਕਰ ਸਕਦੇ ਹੋ ਕਿਉਂਕਿ ਉਹਨਾਂ ਦੇ ਵਿੱਚ ਜਿਹੜੇ ਕੁਸ਼ਨ ਆਏ ਨੇ ਉਹ ਰਿਪੀਟ ਹੁੰਦੇ ਨੇ ਲੇਕਿਨ ਐਦਾਂ ਨਹੀਂ ਹੈ ਕਿ ਤੁਸੀਂ ਕੱਲਾ ਇਹੀ ਸਾਲ ਦਾ ਕੁਸ਼ਨ ਪੇਪਰ ਇੱਕ ਕਿਸੇ ਵੀ ਸਾਲ ਦਾ ਕੁਸ਼ਨ ਪੇਪਰ ਤਿਆਰ ਕਰ ਚੋ ਠੀਕ ਹੈ ਘਟੋ ਘੱਟ ਪਿਛਲੇ 3 ਸਾਲਾਂ ਦੇ ਪੇਪਰ ਕੰਟੀਨਿਊ ਕਰਕੇ ਜਾਓਗੇ ਉਸ ਤੋਂ ਬਾਅਦ ਹੈ ਕਿ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪੰਜਾਬੀ ਅਤੇ ਇੰਗਲਿਸ਼ ਦੋਨਾਂ ਦੇ ਵਿੱਚ ਕੁਸ਼ਨ ਪੇਪਰ ਜਿਹੜਾ ਆਇਆ ਸੀ ਪੰਜਾਬੀ ਵਰਜ਼ਨ ਦੇ ਵਿੱਚ ਵੀ ਅਤੇ ਇੰਗਲਿਸ਼ ਵਰਜ਼ਨ ਦੇ ਵਿੱਚ ਵੀ ਉਹਨਾਂ ਦੋਨਾਂ ਨੂੰ ਹੀ ਆਪਾਂ ਡਿਸਕਸ ਕਰਾਂਗੇ ਕਿਉਂਕਿ ਪਹਿਲਾਂ ਜਿਹੜਾ ਹੈ ਅੰਗਰੇਜ਼ੀ ਮਾਧਿਅਮ ਰਹੀਂ ਪੁੱਛੇ ਜਾਂਦੇ ਨੇ ਪਿੱਛੇ ਜਿਹੜਾ ਹੈ ਬੈਕ ਸਾਈਡ ਤੇ ਪੰਜਾਬ ਠੀਕ ਹੈ ਸੋ ਆਪਾਂ ਦੋਨੋਂ ਹੀ ਡਿਸਕਸ ਕਰਾਂਗੇ ਤਾਂ ਪੰਜਾਬੀ ਵਾਲੇ ਨਿਰਾਸ਼ ਨਾ ਹੋਣਾ ਪੰਜਾਬੀ ਦੇ ਵਿੱਚ ਵੀ ਆਪਾਂ ਇਹਨੂੰ ਡਿਸਕਸ ਕਰਦੇ ਹਾਂ ਸੋ ਇਹ ਜਿਹੜਾ ਕੁਐਸਚਨ ਪੇਪਰ ਹੈ ਵੈਸੇ ਤਾਂ ਰੈਗੂਲਰ ਵਾਲਿਆਂ ਦਾ ਲੇਕਿਨ ਇੰਪੋਰਟੈਂਟ ਕੁਐਸਚਨਸ ਆਰ ਇੰਪੋਰਟੈਂਟ ਫੋਰ 올 ਤੇ ਇਹ ਸਭ ਲਈ ਇੰਪੋਰਟੈਂਟ ਹੈ ਇਹ ਨਾ ਸੋਚਣਾ ਕਿ ਸਾਨੂੰ ਇਹ ਨਹੀਂ ਆਏਗਾ ਡਿਸਟੈਂਸ ਵਾਲੇ ਅਗਰ ਇਹ ਸੋਚਣ ਪ੍ਰਾਈਵੇਟ ਵਾਲੇ ਤਾਂ ਇਹ ਸਭ ਲਈ ਹੀ ਇੰਪੋਰਟੈਂਟ ਕੁਐਸਚਨ ਹੈ ਦੂਜੀ ਗੱਲ ਹੈ ਮੇਰੇ ਚੈਨਲ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਕੋਈ ਵੀ ਨੀਡੀ ਪਰਸਨ ਹੈ ਕਿਉਂਕਿ ਬੀਐਸਐਮ 1 ਵਾਲੇ ਕਾਫੀ ਸਾਰੇ ਬੱਚਿਆਂ ਨੂੰ ਚੈਨਲ ਬਾਰੇ ਨਹੀਂ ਪਤਾ ਪਲੱਸ 2 ਤੋਂ ਬਾਅਦ ਜੋ ਬੱਚੇ ਆਉਂਦੇ ਨੇ ਸੋ ਉਹਨਾਂ ਨੂੰ ਚੈਨਲ ਦੀ ਇਨੀ ਨੌਲੇਜ ਨਹੀਂ ਹੁੰਦੀ ਸੋ ਉਹਨਾਂ ਨਾਲ ਚੈਨਲ ਜ਼ਰੂਰ ਸ਼ੇਅਰ ਕਰਿਓ ਬਾਕੀ ਬੀਐਸਐਮ 3 ਅਤੇ 5 ਦਾ ਵੀ ਕਾਫੀ ਸਾਰਾ ਕੰਟੈਂਟ ਮੇਰੇ ਚੈਨਲ ਤੇ ਅਵੇਲੇਬਲ ਹੈ ਸੋ ਸਟਾਰਟ ਕਰਦੇ ਆਂ ਅੱਜ ਦਾ ਵੀਡੀਓ ਅਗਰ ਆਪਾਂ ਗੱਲ ਕਰੀਏ ਟਾਈਮ ਤੁਹਾਡਾ 3 ਘੰਟੇ ਦਾ ਹੁੰਦਾ ਹੈ ਰੈਗੂਲਰ ਵਾਲੇ ਨੂੰ 70 ਨੰਬਰ ਦਾ ਪੇਪਰ ਆਂਦਾ A B ਅਤੇ C ਤਿੰਨ ਸੈਕਸ਼ਨਾਂ ਵਿੱਚ ਪੇਪਰ ਡਿਵਾਈਡ ਹੁੰਦਾ A ਦੇ ਵਿੱਚ 4 ਕੁਐਸਚਨ B ਦੇ ਵਿੱਚ 4 ਕੁਐਸਚਨ C ਦੇ ਵਿੱਚ ਜਿਹੜੇ ਹੈਗੇ ਨੇ 14 ਕੁਐਸਚਨ ਪੁੱਛੇ ਜਾਣਗੇ ਇਹ ਸਾਰੇ ਹੀ ਕੰਪਲਸਰੀ ਹੈ ਸਾਰੇ ਹੀ ਕਰਨੇ ਆ ਲੇਕਿਨ A ਸੈਕਸ਼ਨ ਚ ਕੋਈ ਵੀ ਦੋ ਅਟੈਂਪਟ ਕਰਨੇ ਆ B ਸੈਕਸ਼ਨ ਦੇ ਵਿੱਚੋਂ ਵੀ ਕੋਈ ਵੀ ਦੋ ਅਟੈਂਪਟ ਕਰਨੇ ਆ ਐਦਾਂ ਨਹੀਂ ਹੈ ਕਿ ਆਪਾਂ ਨੇ ਸਿਰਫ ਇਹ ਇਹਦੇ ਵਿੱਚ 1 or 2 ਦੇ ਵਿੱਚ ਆਪਸ਼ਨ ਦਿੱਤੀ ਹੈ 3 ਤੇ 4 ਚ ਆਪਸ਼ਨ ਦਿੱਤੀ ਹੈ ਐਦਾਂ ਕੁਝ ਨਹੀਂ ਹੁੰਦਾ 1 2 3 4 ਅਗਰ ਕੁਐਸਚਨ ਦਿੱਤਾ ਤਾਂ ਉਹਨਾਂ ਦੇ ਵਿੱਚੋਂ ਕੋਈ ਵੀ ਦੋ ਤੁਸੀਂ ਅਟੈਂਪਟ ਕਰਨੇ ਆ ਜਿਹੜੇ ਤੁਹਾਨੂੰ ਚੰਗੀ ਤਰ੍ਹਾਂ ਆਉਂਦੇ ਆ ਤੇ ਨਾਲ ਸ਼ੀਟਸ ਦੀ ਗੱਲ ਕਰੀਏ ਤਾਂ ਸ਼ੀਟਸ ਜਿਹੜੀਆਂ ਨੇ ਆਪਾਂ ਨੇ ਕਿੰਨੀਆਂ ਫਿਲ ਕਰਨੀਆਂ ਇੱਕ ਕੁਐਸਚਨ ਦੇ ਲਈ ਕਟੋ-ਕਟ ਆਪਾਂ ਨੇ 4 ਸ਼ੀਟਸ 4 ਤੋਂ ਲੈ ਕੇ 5 ਸ਼ੀਟਸ ਤੱਕ ਜਿਹੜੀਆਂ ਹੈਗੀਆਂ ਨੇ ਆਪਾਂ ਨੇ ਭਰਨੀਆਂ ਨੇ ਔਰ ਐਦਾਂ ਨਹੀਂ ਹੈਗਾ ਕਿ ਪਹਿਲੇ ਕੁਐਸਚਨ ਲਈ ਤੁਸੀਂ 7-8 ਸ਼ੀਟਾਂ ਭਰ ਦੋ 10 ਭਰ ਦੋ ਅਤੇ ਪਿਛਲਿਆਂ ਲਈ 2-2 ਡੇਡ-ਡੇਡ ਸ਼ੀਟਸ ਭਰੋ ਨਹੀਂ 4 4 4.5 ਦੀ ਐਵਰੇਜ ਪੰਜ ਦੀ ਐਵਰੇਜ ਲਗਾ ਕੇ ਤੁਸੀਂ ਚਾਰੋਂ ਲੌਂਗ ਕੁਐਸਚਨਸ ਲਈ ਕਿਉਂਕਿ ਇਹ ਸੈਕਸ਼ਨ ਚੋਂ ਵੀ ਦੋ ਕਰਨੇ ਨੇ ਬੀ ਸੈਕਸ਼ਨ ਚੋਂ ਵੀ ਦੋ ਕਰਨੇ ਤਾਂ 4 4 5 5 ਪੇਜ ਤੱਕ ਆਪਾਂ ਨੇ ਇਹਨਾਂ ਦੇ ਫਿਲ ਕਰਨੇ ਨੇ ਠੀਕ ਹੈ ਸੋ ਸਾਰੇ ਲਈ ਐਵਰੇਜ ਬਣਾ ਕੇ ਚੱਲੀਏ ਨਾਲੇ ਆਪਾਂ ਜਿਹੜਾ ਹੈਗਾ ਇੱਕ ਕੁਐਸਚਨ ਲੌਂਗ ਕੁਐਸਚਨ ਲਈ ਸਿਰਫ ਅੱਧਾ ਘੰਟਾ ਹੀ ਤੁਸੀਂ ਡਿਵੋਟ ਕਰਨਾ ਹੈ ਇਸ ਤੋਂ ਜ਼ਿਆਦਾ ਆਪਾਂ ਨੇ ਟਾਈਮ ਇਹਨੂੰ ਇੱਕ ਕੁਐਸਚਨ ਨੂੰ ਲੌਂਗ ਨੂੰ ਨਹੀਂ ਦੇਣਾ ਠੀਕ ਹੈ ਪਹਿਲਾ ਅੱਧੇ ਘੰਟੇ 'ਚ ਦੂਜਾ ਅੱਧੇ ਘੰਟੇ 'ਚ ਐਦਾਂ ਜਿਹੜਾ ਹੈਗਾ ਆਪਾਂ ਨੇ ਇਹ ਚੀਜ਼ ਉਹੋ ਕਰਕੇ ਚੱਲਣੀ ਹੈ ਕਿ ਆਪਾਂ ਨੂੰ ਇਹ ਚੀਜ਼ ਜਿਹੜੀ ਹੈਗੇ ਟਾਈਮ ਜਿਹੜੀ ਹੈਗੇ ਮੈਨੇਜਮੈਂਟ ਕਰਕੇ ਚੱਲਣੀ ਆ। ਸੋ ਸੈਕਸ਼ਨ A ਦੀ ਗੱਲ ਕਰੀਏ ਤਾਂ ਆਪਾਂ ਨੂੰ ਫਰਸਟ ਕੁਐਸਚਨ ਸੈਕਸ਼ਨ A ਦੇ ਵਿੱਚ ਆਇਆ ਪੋਲਿਟੀਕਲ ਸਾਇੰਸ ਨੂੰ ਡਿਸਕਸ ਕਰੋ ਇਹਦਾ ਸਕੋਪ ਡਿਸਕਸ ਕਰੋ ਠੀਕ ਹੈ ਵਿਰਾਜਨੀਤੀ ਵਿਗਿਆਨ ਹੈ ਕੀ ਹੈ ਅਤੇ ਇਹਦਾ ਵਿਸ਼ਾ ਖੇਤਰ ਕੀ ਹੈ। ਸੋ ਉਸ ਤੋਂ ਬਾਅਦ ਹੈਗਾ ਵਾਟ ਆਰ ਈਸੈਂਸ਼ੀਅਲ 엘ਿਮੈਂਟਸ ਆਫ ਸਟੇਟ ਰਾਜ ਜ਼ਰੂਰੀ ਤੱਤ ਕੀ ਨੇ 3rd ਕੁਐਸਚਨ ਹੈ ਰਿਲੇਸ਼ਨਸ਼ਿਪ ਬਿਟਵੀਨ ਪੋਲੀਟੀਕਲ ਸਾਇੰਸ ਐਂਡ ਇਕਨੋਮਿਕਸ ਦੇਖੋ ਪਿਛਲੀ ਵਾਰ ਪੋਲੀਟੀਕਲ ਸਾਇੰਸ ਤੇ ਇਕਨੋਮਿਕਸ ਦਾ ਆਇਆ ਇਸ ਵਾਰ ਸ਼ੋਰ ਹੈਗਾ ਕਿ ਹਿਸਟਰੀ ਦੇ ਨਾਲ ਇਹਦਾ ਪੋਲੀਟੀਕਲ ਸਾਇੰਸ ਦਾ ਡਿਫਰੈਂਸ ਜਾਂ ਫਿਰ ਸੋਸ਼ੀਓਲੋਜੀ ਨਾਲ ਇਹਦਾ ਕੀ ਡਿਫਰੈਂਸ ਹੈ ਉਹ ਪੱਕਾ ਆਏਗਾ ਇਕਨੋਮਿਕਸ ਮੇ ਵੀ ਉਹ ਨਾ ਪੜ੍ਹ। ਇਵੋਲੂਸ਼ਨਰੀ ਥਿਉਰੀ ਆਫ origin ਆਫ ਸਟੇਟ ਰਾਜ ਦੇ ਰਾਜ ਦੀ ਉਤਪਤੀ ਦੀ ਕਰਮ ਵਿਕਾਸਵਾਦੀ ਜਿਹੜਾ ਸਿਧਾਂਤ ਹੈ ਉਸ ਨੂੰ ਡਿਸਕਸ ਕਰੋ ਦੇਖੋ ਚਾਰਾਂ ਦੇ ਵਿੱਚੋਂ ਕੋਈ ਵੀ ਤੁਸੀਂ ਦੋ ਕਰ ਸਕਦੇ ਹੋ ਮੈਂ ਤੁਹਾਨੂੰ ਇਹੀ ਕਹਾਂਗੀ ਕਿ ਜਿਹੜਾ ਆ ਡਿਫਰੈਂਸ ਵਾਲਾ ਕੁਐਸਚਨ ਹੈ ਤੇ ਇੱਕ ਫਰਸਟ ਵਾਲਾ ਕੁਐਸਚਨ ਹੈ ਠੀਕ ਹੈ ਇਹ ਕੁਐਸਚਨ ਹਮੇਸ਼ਾ ਪੱਕਾ ਪੇਪਰ ਦੇ ਵਿੱਚ ਆਉਂਦੇ ਹੁੰਦੇ ਨੇ ਡਿਫਰੈਂਸ ਕੋਈ ਵੀ ਤੁਹਾਨੂੰ ਪੁੱਛ ਸਕਦੇ ਨੇ ਹਿਸਟਰੀ ਦੇ ਨਾਲ ਪੁੱਛ ਲੈਣ ਜਾਂ ਫਿਰ ਤੁਹਾਨੂੰ ਸੋਸ਼ੀਓਲੋਜੀ ਦੇ ਨਾਲ ਪੁੱਛ ਲੈਣ ਫਰਸਟ ਕੁਐਸਚਨ ਇਹ ਆਉਂਦਾ ਨੇਚਰ ਸਕੋਪ ਇੰਪੋਰਟੈਂਸ ਵਾਲਾ ਇਹ ਕੁਐਸਚਨ ਤੁਸੀਂ ਪੱਕਾ ਤਿਆਰ ਕਰਕੇ ਜੋ ਇਹ ਪੱਕਾ ਹੀ ਪੇਪਰ ਜਾਂਦਾ ਹੈ ਫਰਸਟ ਵਾਲਾ ਹੀ ਕਨਸੈਪਟ ਹੈ ਨੇਚਰ ਸਕੋਪ ਇੰਪੋਰਟੈਂਸ ਵਾਲਾ ਠੀਕ ਹੈ ਉਸ ਤੋਂ ਬਾਅਦ ਛੇਗਾ ਵੈਸੇ ਮੈਂ ਤੁਹਾਨੂੰ ਇੰਪੋਰਟੈਂਟ ਕੁਐਸਚਨ ਦੀ ਵੀ ਵੀਡੀਓ ਸੀਰੀਜ਼ ਜਲਦੀ ਹੀ ਲੈ ਕੇ ਆਵਾਂਗੀ ਸੋ ਉਹਦੇ ਲਈ ਵੀ ਥੋੜਾ ਵੇਟ ਕਰੋ ਆਪਾਂ ਜਲਦੀ ਹੀ ਇੰਪੋਰਟੈਂਟ ਕੁਐਸਚਨ ਦੇ 10 12 ਕੁਐਸਚਨ ਦਵਾਂਗੀ ਉਹਨਾਂ ਨੂੰ ਹੀ ਤੁਸੀਂ ਕਰਕੇ ਪੇਪਰ ਦੇ ਵਿੱਚ ਪਾਸ ਹੋ ਸਕਦੇ ਹੋ ਸ਼ਾਰਟ ਨੋਟਸ ਵੀ ਜਲਦੀ ਹੀ ਦਵਾਂਗੀ ਸੈਕਸ਼ਨ B ਦੇ ਵਿੱਚ ਗੱਲ ਕਰੀਏ ਤਾਂ ਕ੍ਰਿਟੀਕਲੀ ਐਗਜ਼ਾਮਨ ਦਾ ਫੰਕਸ਼ਨਸ ਆਫ ਦਾ ਲਿਬਰਲ ਸਟੇਟ ਉਦਾਰਵਾਦੀ ਰਾਜ ਦੇ ਕਾਰਜ ਕੀ ਨੇ ਸੋ ਇਹਨਾਂ ਨੂੰ ਡਿਸਕਸ ਕਰੋ ਵਟ ਇਜ਼ ਮੀਨਟ ਬਾਏ ਸੋਵਰਨਿਟੀ ਪ੍ਰਭੂਸੱਤਾ ਕੀ ਹੁੰਦੀ ਆ ਅਤੇ ਇਸੀਆਂ ਕਿਸਮਾਂ ਦੱਸੋ ਉਸ ਤੋਂ ਬਾਅਦ ਆ ਫੰਕਸ਼ਨਸ ਆਫ ਸੋਸ਼ਲਿਸਟ ਸਟੇਟ ਦ ਸੋਸ਼ਲਿਸਟ ਸਟੇਟ ਦੇ ਕਾਰਜ ਕੀ ਨੇ ਮੋਨਿਸਟਿਕ ਥਿਊਰੀ ਜਿਹੜੀ ਹੈਗੀ ਉਹਦੇ ਫੀਚਰਸ ਦੱਸਨੇ ਇਕਾਤਮਕ ਸਿਧਾਂਤ ਜਿਹੜਾ ਹੈ ਪ੍ਰਭੂਸੱਤਾ ਦਾ ਸੋਵਰਨਿਟੀ ਦਾ ਸੋ ਉਹ ਪਨੇ ਦੱਸਣਾ ਹੈ ਆ ਇਹ ਜਿਹੜੇ ਕੁਐਸਚਨ ਨੇ 4 ਸੈਕਸ਼ਨ ਬੀ ਚੋਂ ਇਹਨਾਂ ਦੇ ਵਿੱਚੋਂ ਵੀ ਕੋਈ ਵੀ ਤੁਸੀਂ 4 ਕਰਨੇ ਨੇ ਉੱਪਰਲੇ ਸੈਕਸ਼ਨ ਏ ਦੇ ਵਿੱਚ ਵੀ ਕੋਈ ਵੀ ਚਾਰਾਂ ਚੋਂ ਤੁਸੀਂ ਦੋ ਕਰਨੇ ਨੇ ਸੈਕਸ਼ਨ ਸੀ ਦੀ ਗੱਲ ਕਰੀਏ ਤਾਂ 14 ਕੁਐਸਚਨ ਆਣਗੇ ਰੈਗੂਲਰ ਵਾਲੇ ਨੇ ਤਾਂ 2-2 ਨੰਬਰ ਦੇ ਆਣਗੇ ਲੇਕਿਨ ਡਿਸਟੈਂਸ ਦੇ ਪ੍ਰਾਈਵੇਟ ਵਾਲੇ ਨੂੰ ਇੱਥੇ 3-3 ਨੰਬਰ ਦਾ ਸ਼ਾਰਟ ਨੋਟ ਆਊਗਾ ਸ਼ਾਰਟ ਨੋਟ ਦੀ ਗੱਲ ਕਰੀਏ ਤਾਂ ਇੱਕ ਸ਼ੀਟ ਦੇ ਉੱਤੇ 3-4 ਸ਼ਾਰਟ ਨੋਟਸ ਤੁਸੀਂ ਲਿਖ ਸਕਦੇ ਹੋ ਸਾਰੇ ਹੀ ਕੰਪਲਸਰੀ ਨੇ ਇਹਨਾਂ ਵਿੱਚੋਂ ਕੋਈ ਵੀ ਆਪਾਂ ਛੱਡਣਾ ਨਹੀਂ ਹੈਗਾ ਸੋ ਰਾਈਟ ਐਨੀ 2 ਡਿਫੀਨੇਸ਼ਨਸ ਆਫ ਪੋਲਿਟੀਕਲ ਸਾਇੰਸ ਕੋਈ ਵੀ ਦੋ ਡਿਫੀਨੇਸ਼ਨ ਰਾਜਨੀਤੀ ਵਿਗਿਆਨ ਦੀਆਂ ਵਾਟ ਡੂ ਯੂ ਮੀਨ ਬਾਈ ਪੋਲਿਟੀਕਲ ਥਿਉਰੀ ਰਾਜਨੀਤਿਕ ਸਿਧਾਂਤ ਤੋਂ ਤੁਸੀਂ ਕੀ ਜਾਣਦੇ ਹੋ ਕੰਟਰੀਬਿਊਸ਼ਨ ਆਫ ਹਿਸਟਰੀ ਟੂ ਪੋਲੀਟੀਕਲ ਸਾਇੰਸ ਹੁਣ ਦੇਖੋ ਇੱਥੇ ਇਤਿਹਾਸ ਦਾ ਰਾਜਨੀਤੀ ਵਿਗਿਆਨ ਦੇ ਵਿੱਚ ਕੀ ਜਿਹੜੀ ਹੈਗੀ ਹੈ ਦੇਣਾ ਇੰਪੋਰਟੈਂਟ ਹੈ ਬਹੁਤ ਜ਼ਿਆਦਾ ਇਹ ਕੁਐਸਚਨ ਲੌਂਗ ਚ ਵੀ ਆ ਸਕਦਾ ਹੈ ਸ਼ਾਰਟ ਚ ਤਾਂ ਆਇਆ ਹੋਇਆ ਵਾਟ ਆਰ ਨੋਨ ਏਸੈਂਸ਼ੀਅਲ ਐਲੀਮੈਂਟਸ ਆਫ ਦਾ ਸਟੇਟ ਨੋਨ ਏਸੈਂਸ਼ੀਅਲ ਜਿਹੜੇ ਹੈਗੇ ਨੇ ਬੇਲੋੜੇ ਆਪਾਂ ਕਹਿ ਸਕਦੇ ਹਾਂ ਤੱਤ ਜਿਹੜੇ ਹੈਗੇ ਨੇ ਅਨਲੋੜੇ ਤੱਤ ਰਾਜ ਦੇ ਉਹ ਕਿਹੜੇ ਨੇ ਡਿਫਰੈਂਸ ਬਿਟਵੀਨ ਐਸੋਸੀਏਸ਼ਨ ਐਂਡ ਸਟੇਟ ਸੰਸਥਾ ਯਾਨੀ ਸਭਾ ਤੇ ਰਾਜ ਦੇ ਵਿੱਚ ਕੀ ਅੰਤਰ ਹੁੰਦਾ ਹੈ ਹੁਣ ਦੇਖੋ ਸਟੇਟ ਜਿਹੜਾ ਹੈ ਹਮੇਸ਼ਾ ਰਹਿੰਦਾ ਹੈ ਐਸੋਸੀਏਸ਼ਨ ਜਿਹੜੀ ਹੈਗੀ ਜਲਦੀ ਹੀ ਖਤਮ ਹੋ ਜਾਂਦੀ ਹੈ ਠੀਕ ਹੈ ਸੋ ਇਹ ਡਿਫਰੈਂਸ ਹੈ ਬਾਕੀ ਜਿਹੜਾ ਹੈ ਮੈਂ ਕਰਵਾਇਆ ਹੋਇਆ ਹੈ ਪੋਲੀਟੀਕਲ ਸਾਇੰਸ ਦੇ ਕਾਫੀ سارے ਟੀਚਿੰਗ ਵੀਡੀਓਜ਼ ਆਏ ਹੋਏ ਨੇ ਚੈੱਕ ਆਊਟ ਜ਼ਰੂਰ ਕਰੋ ਤਿੰਨ ਕਾ ਕਨਸੈਪਟ ਰਹਿ ਗਏ ਉਹ ਵੀ ਮੈਂ ਜਲਦੀ ਕੰਪਲੀਟ ਕਰਾਂਗੀ ਅਗਲਾ ਕੁਐਸਚਨ ਹੈ ਸਟੇਟ ਇਜ਼ ਅ ਰਿਜ਼ਲਟ ਆਫ ਹਿਸਟੋਰੀਕਲ ਏਵੋਲੂਸ਼ਨ ਕਮੈਂਟ ਜਿਹੜਾ ਰਾਜ ਹੈ ਉਹ ਇਤਿਹਾਸਿਕ ਕਰਮ ਵਿਕਾਸ ਤੋਂ ਹੀ ਪੈਦਾ ਹੋਇਆ ਉਸ ਦਾ ਹੀ ਨਤੀਜਾ ਹੈ ਤਾਂ ਇਸ ਤੇ ਕਮੈਂਟ ਕਰੋ राइट अ नोट ऑन नेगेटिव लिबर्टी नकारात्मक लिबर्टी ਤੋਂ ਤੁਹਾਡਾ ਜਿਹੜਾ ਹੈਗਾ ਸੁਤੰਤਰਤਾ ਤੋਂ ਕੀ ਭਾਵ ਹੈ ਵੈਲਫੇਅਰ ਸਟੇਟ ਕੀ ਹੁੰਦੀ ਹੈ ਵੈਲਫੇਅਰ ਸਟੇਟ ਦਾ ਹੁੰਦਾ ਕਲਿਆਣਕਾਰੀ ਰਾਜ राइट डाउन एनी 4 ਫੀਚਰਸ ਆਫ ਸੋਸ਼ਲਿਸਟ ਸਟੇਟ ਸੋਸ਼ਲਿਸਟ ਸਟੇਟ ਦੇ ਚਾਰ ਜਿਹੜੇ ਹੈਗੇ ਨੇ ਜ਼ਰੂਰੀ ਤੱਤ ਵਿਸ਼ੇਸ਼ਤਾਵਾਂ ਲਿਖੋ ਪੁਲਿਸ ਸਟੇਟ ਜਿਹੜੀ ਹੈਗੀ ਹੈ ਕੀ ਹੁੰਦੀ ਹੈ ਪੁਲਿਸ ਰਾਜ ਕੀ ਹੁੰਦਾ ਹੈ ਸੋਵਰਨਿਟੀ ਪ੍ਰਭੂਸੱਤਾ ਕੀ ਹੁੰਦੀ ਹੈ ਇੰਟਰਨਲ ਸੋਵਰਨਿਟੀ ਯਾਨੀ ਕਿ ਅੰਦਰੂਨੀ ਪ੍ਰਭੂ ਸੱਤਾ ਕੀ ਹੁੰਦੀ ਹੈ ਸਟੇਟ ਇਜ਼ ਐਨ ਐਸੋਸੀਏਸ਼ਨ ਅਮੰਗ ਵੇਰੀਅਸ ਐਸੋਸੀਏਸ਼ਨ ਜਿਹੜਾ ਰਾਜ ਹੈ ਇੱਕ ਐਸੋਸੀਏਸ਼ਨ ਹੈ ਬਹੁਤ ਸਾਰੇ ਐਸੋਸੀਏਸ਼ਨ ਤੋਂ ਜਿਹੜਾ ਹੈਗਾ ਬਣਿਆ ਉਸ ਤੋਂ ਬਾਅਦ ਇਹ ਨੋਮੀਨਲ ਐਂਡ ਟਾਈਟੂਲਰ ਸੋਵਰਨਿਟੀ ਨੋਮੀਨਲ ਨਾ ਮਾਤਰ ਜਿਹੜੀ ਹੈਗੀ ਹੈ ਪ੍ਰਭੂ ਸੱਤਾ ਰਾਜ ਐ ਟਾਈਟੂਲਰਸ ਮਾ ਜਿਹੜਾ ਹੈਗਾ ਸੌਰੀ ਪ੍ਰਭੂ ਸੱਤਾ ਜਿਹੜੀ ਹੈਗੀ ਆ ਉਹ ਕੀ ਹੈ ਇਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਪੰਜਾਬੀ ਚ ਵੀ ਕਰਾਂਗੇ ਸੋ ਰਾਜਨੀਤਿਕ ਵਿਗਿਆਨ ਨੂੰ ਪਰਿਭਾਸ਼ਿਤ ਕਰੋ ਭਾਗ ਆਣੇ ਭਾਗ ਉੜੇ ਦੇ ਵਿੱਚ ਜਿਹੜੇ ਹੈਗੇ 4 ਕੁਐਸਚਨ ਹੈ ਖੇਤਰ ਦੀ ਜਿਹੜੀ ਹੈਗੀ ਹੈ ਵਿਸ਼ਾ ਵਸਤੂ ਯਾਨੀ ਕਿ ਖੇਤਰ ਜਿਹੜਾ ਹੈਗਾ ਇਹਦੇ ਬਾਰੇ ਦੱਸੋ ਰਾਜ ਦੇ ਜ਼ਰੂਰੀ ਤੱਤ ਕਿਹੜੇ-ਕਿਹੜੇ ਨੇ ਰਾਜਨੀਤੀ ਵਿਗਿਆਨ ਅਤੇ ਅਰਥ ਸ਼ਾਸਤਰ ਦੇ ਅੰਤਰ ਸਬੰਧਾਂ ਦੇ ਬਾਰੇ ਚਰਚਾ ਕਰੋ ਰਾਜ ਦੀ ਉਤਪਤੀ ਦੇ ਵਿਕਾਸ ਸਿਧਾਂਤ ਦੀ ਵਿਆਖਿਆ ਕਰੋ ਸੋ ਇਹ ਇੰਪੋਰਟੈਂਟ ਕੁਐਸਚਨ ਹੈ ਚਾਰਾਂ ਚੋਂਪਾ ਦੋ ਕਰਨੇ ਆ ਹੁਣ ਭਾਗ B ਆ ਗਿਆ ਉਦਾਰਵਾਦੀ ਰਾਜ ਦੇ ਕੰਮਾਂ ਦਾ ਆਲੋਚਨਕ ਨਾત્મક ਮੁਲਾਂਕਣ ਕਰੋ ਪ੍ਰਭੂ ਸੱਤਾ ਤੋਂ ਕੀ ਭਾਵ ਹੈ ਕਿਸਮਾਂ ਦੀ ਵਿਆਖਿਆ ਕਰੋ ਸਮਾਜਵਾਦੀ ਰਾਜ ਦੇ ਕੰਮਾਂ ਤੇ ਚਰਚਾ ਕਰੋ ਪ੍ਰਭੂ ਸੱਤਾ ਦੇ ਇਕਾਤਮਕ ਸਿਧਾਂਤ ਦੀ ਵਿਸ਼ੇਸ਼ਤਾਵਾਂ ਦੀ ਵਿਆਖਿਆ ਕਰੋ ਸੋ ਇਹ ਇੰਪੋਰਟੈਂਟ ਕੁਐਸਚਨ ਹੈ ਪਾਰਟ ਸੀ ਦੇ ਵਿੱਚ ਸ਼ੋਰਟ ਨੋਟ ਕਿਹੜੇ ਆਏ ਹੋਣੇ ਜਿਹੜੇ ਸਾਰੇ ਆਪਾਂ ਕਰਨੇ ਨੇ ਰਾਜਨੀਤੀ ਵਿਗਿਆਨ ਦੀਆਂ ਦੋ ਪਰਿਭਾਸ਼ਾਵਾਂ ਰਾਜਨੀਤਿਕ ਸਿਧਾਂਤ ਤੋਂ ਤੁਹਾਡਾ ਕੀ ਭਾਵ ਹੈ ਇਤਿਹਾਸ ਦਾ ਰਾਜਨੀਤੀ ਨੂੰ ਕੀ ਦੇਣ ਹੈ ਅਗਲਾ ਕੁਐਸਚਨ ਹੈ ਰਾਜ ਦੇ ਗੈਰ ਜ਼ਰੂਰੀ ਤੱਤ ਕਿਹੜੇ ਨੇ ਅਨਲੋਡਿੰਗ ਦੇ ਜਿਹੜੇ ਆਪਾਂ ਹੁਣੇ ਡਿਸਕਸ ਕਰਕੇ ਹਟਿਆ ਰਾਜ ਅਤੇ ਸਮੂਹ ਚ ਯਾਨੀ ਸੰਸਥਾ ਸਭਾ ਦੇ ਵਿੱਚ ਕੀ ਅੰਤਰ ਹੁੰਦਾ ਹੈ ਰਾਜ ਇਤਿਹਾਸਕ ਵਿਕਾਸ ਦਾ ਨਤੀਜਾ ਹੈ ਨਕਾਰਾਤਮਕ ਸੁਤੰਤਰਤਾ ਕੀ ਹੁੰਦੀ ਹੈ ਕਲਿਆਣਕਾਰੀ ਰਾਜ ਤੋਂ ਕੀ ਭਾਵ ਹੈ ਸਮਾਜਵਾਦੀ ਰਾਜ ਦੀਆਂ ਚਾਰ ਵਿਸ਼ੇਸ਼ਤਾਵਾਂ ਲਿਖੋ ਪੁਲਿਸ ਰਾਜ ਤੋਂ ਤੁਹਾਡਾ ਕੀ ਭਾਵ ਹੈ ਪ੍ਰਭੂ ਸੱਤਾ ਨੂੰ ਪਰਿਭਾਸ਼ਿਤ ਕਰੋ ਅੰਦਰੂਨੀ ਪ੍ਰਭੂ ਸੱਤਾ ਕੀ ਹੈ ਰਾਜ ਬਾਕੀ ਸਮੂਹਾਂ ਦਾ ਇੱਕ ਸਮੂਹ ਹੈ ਠੀਕ ਹੈ ਸੋ ਬਾਕੀ ਸਮੂਹਾਂ ਦਾ ਇੱਕ ਸਮੂਹ ਹੈ ਨਾ ਮਾਤਰ ਪ੍ਰਭੂ ਸੱਤਾ ਤੋਂ ਤੁਹਾਡਾ ਕੀ ਭਾਵ ਹੈ ਸੋ ਏਸੀ ਅੱਜ ਦਾ ਵੀਡੀਓ ਜਲਦੀ ਹੀ ਆਪਾਂ ਅੱਗੇ ਵੀ ਵੀਡੀਓਜ਼ ਲੈ ਕੇ ਆਵਾਂਗੇ ਸੋ ਚੈਨਲ ਨਾਲ ਬਨੇ ਰਹਿਣਾ ਮਿਲਦੇ ਨਵੇਂ ਵੀਡੀਓ ਦੇ ਨਾਲ